ਸ਼੍ਰੀਕਾਲ ਦੋਸਤੋ, ਬਹੁਤ ਹੀ ਵਧੀਆ। ਅੱਜ ਤੁਹਾਨੂੰ ਆਪਾਂ ਇੱਕ ਬੰਗਲੋ ਦਿਖਾਵਾਂਗੇ। ਆਪਣੇ ਇੱਥੇ ਪੰਜਾਬ 'ਚ ਬੰਗਲਾ ਕਹਿੰਦੇ ਆ, ਅਤੇ ਬੰਬੇ ਵਾਲੇ ਜਿਹੜੇ ਨਾ ਉਹ ਬੰਗਲੋ ਕਹਿੰਦੇ ਆ। ਮੈਨੇ ਬੰਗਲੋ ਲਿਆ ਹੈ, ਸੋ ਇਹ ਬੰਗਲਾ ਤੁਹਾਨੂੰ ਵਿਖਾਵਾਂਗੇ, ਬਹੁਤ ਵਧੀਆ। ਇਸ ਵੇਲੇ ਮੈਂ ਇਹਦੇ ਪਾਰਕ 'ਚ ਖੜ੍ਹਾ ਹਾਂ, ਔਰ ਇਹ 870 ਗਜ਼, ਜਾਣੀ ਕਿ ਤਕਰੀਬਨ 900 ਗਜ਼ ਜਿਹੜੀ ਇਹ ਜਗ੍ਹਾ ਆ, ਇਹ ਬਹੁਤ ਸੋਹਣਾ। ਇੱਥੇ ਆਪਾਂ ਇਹ ਲੋਨ ਦਾ ਏਰੀਆ ਵੇਖ ਰਹੇ ਹੋ ਤੁਸੀਂ, ਉਹ ਸਾਹਮਣੇ ਪਾਸੇ ਜਿਹੜੇ ਆ ਉਹ ਸਰਵੈਂਟ ਕੁਆਟਰਸ ਨੇ ਜਿਹੜੇ ਪਿੱਛੇ ਨਜ਼ਰ ਆ ਰਹੇ ਆ, ਔਰ ਬਹੁਤ ਹੀ ਬਿਊਟੀਫੁੱਲ ਦੇਖੋ ਗ੍ਰੀਨਰੀ ਮੇਨਟੇਨ ਕੀਤੀ ਆ। ਸਾਰਾ ਘਰ ਤੁਹਾਨੂੰ ਦਿਖਾਵਾਂਗੇ, ਬਹੁਤ ਸ਼ਾਨਦਾਰ ਔਰ ਬਹੁਤ ਜਾਨਦਾਰ ਘਰ ਆ, ਬਹੁਤ ਹੀ ਵਧੀਆ। GT ਰੋਡ ਜਿਹੜਾ ਵਾ ਅੰਮ੍ਰਿਤਸਰ, GT ਰੋਡ ਦੇ ਉੱਤੇ ਸਥਿਤ ਹੈਗਾ ਵਾ ਇਹ। ਈਸਟ ਫੇਸਿੰਗ ਆ, ਕੋਰਨ ਵਾਲਾ ਆ, ਬਾਹਰੋਂ ਜਾ ਕੇ ਤੁਹਾਨੂੰ ਕੋਰਨਰ ਵੀ ਦਿਖਾਉਂਦੇ ਹਾਂ। ਬਿਊਟੀਫੁੱਲ ਬਣਿਆ, ਅੰਦਰ ਵੀ ਬਹੁਤ ਬਹੁਤ ਕਮਾਲ ਦੀਆਂ ਚੀਜ਼ਾਂ ਬਣੀਆਂ ਨੇ, ਉਹ ਵੀ ਤੁਹਾਨੂੰ ਦਿਖਾਵਾਂਗੇ। ਪਹਿਲਾਂ ਆਪਾਂ ਬਾਹਰੋਂ ਐਕਸਪਲੋਰ ਕਰ ਲਈਏ। ਇੱਥੇ ਇਸ ਪਾਸੇ ਦੇਖੋ ਤੁਸੀਂ, ਇੱਧਰ ਵੀ ਬੜੀ ਵਧੀਆ ਅੱਛੀ ਜਿਹੜਾ ਵਾ ਇੱਕ ਬਣਿਆ ਹੋਇਆ, ਇਹ ਵਾਟਰ ਬੋਡੀਜ਼ ਇੱਥੇ ਬਣੀਆਂ ਹੋਈਆਂ ਨੇ, ਔਰ ਸਿਟ ਆਊਟ ਦੇ ਬੜੇ ਵੱਖਰੇ ਵੱਖਰੇ ਨਾ ਬਣੇ ਹੋਏ, ਜਿੱਦਾਂ ਇੱਥੇ ਸਿਟ ਆਊਟ ਕਰ ਸਕਦੇ ਹਾਂ, ਇੱਥੇ ਕਰ ਸਕਦੇ ਹਾਂ, ਬੜੀ ਵੱਖਰੀ ਵੱਖਰੀ ਆ ਜਗ੍ਹਾਵਾਂ, ਬੜੇ ਬਹੁਤ ਹੀ ਕ੍ਰੀਏਟਿਵ ਤਰੀਕੇ ਨਾਲ ਬਣਾਈ ਗਈਆਂ। ਇਸ ਪਾਸੇ ਵੀ ਸਾਰਾ ਜਿਹੜਾ ਇਹ ਵਾਟਰ ਬੋਡੀਜ਼ ਹੈਗੀਆਂ ਨੇ, ਇੱਥੋਂ ਆ ਪੁਲ ਬਣਾਇਆ ਇੱਥੇ ਜਾਣ ਨੂੰ, ਆ ਦੇਖੋ ਇੱਥੋਂ ਐਂ ਕਰਕੇ ਬੜੀ ਜ਼ਿਆਦਾ ਉਸ ਚੀਜ਼ ਆ। ਉਦੋਂ ਰੂਮ 'ਚੋਂ ਐਂਟਰੈਂਸ ਆ, ਤੁਹਾਨੂੰ ਉੱਧਰੋਂ ਰੂਮ 'ਚੋਂ ਬਾਹਰੋਂ ਆ ਕੇ ਵੀ ਦਿਖਾਵਾਂਗੇ। ਇੱਥੇ ਅਗਰ ਬੰਦਾ ਪੇਂਟਿੰਗ ਕਰ ਰਿਹਾ ਜਾਂ ਕੁਛ ਇਹੋ ਜਿਹਾ ਆਰਟ ਕ੍ਰੀਏਟਿਵਿਟੀ ਕਰ ਰਿਹਾ, ਤਾਂ ਮਤਲਬ ਕਮਾਲ ਦੀ ਚੀਜ਼ ਆ। ਇੱਥੇ ਬੈਠ ਕੇ ਵੀ ਬਹੁਤ ਅੱਛਾ ਜਿਹੜਾ ਤੁਸੀਂ ਇੱਥੇ ਫਨ ਕਰ ਸਕਦੇ ਹੋ। ਹੁਣ ਥੋੜ੍ਹਾ ਬਾਹਰੋਂ ਝਾਤੀ ਮਾਰ ਲਈਏ, ਰੋਡ ਕਿਵੇਂ ਦੀ ਆ। ਠੀਕ ਹੈ ਜੀ, ਜਿਵੇਂ ਮੈਂ ਦੱਸ ਦਿੱਤਾ ਕਿ ਈਸਟ ਫੇਸਿੰਗ ਅਤੇ ਨੌਰਥ ਫੇਸਿੰਗ ਘਰ ਆ, ਔਰ ਇਹਦਾ ਫਾਇਦਾ ਕੀ ਆ, ਈਸਟ ਫੇਸਿੰਗ ਹੋਣ ਕਰਕੇ ਅਤੇ ਇਸ ਪਾਸੇ ਇਹ ਨੌਰਥ ਏਰੀਆ ਹੋਣ ਕਰਕੇ ਇਹ ਆਪਣੇ ਘਰ ਦੀ ਹੀ ਛਾਂ ਗਰਮੀਆਂ ਵਿੱਚ ਆ ਜਾਏਗੀ। ਜਿਵੇਂ ਹੁਣ ਅਜੇ ਸਵੇਰਾ ਸਵੇਰ ਆ, ਜਦੋਂ ਹੀ 12 ਵਜੇ ਤੋਂ ਟਾਈਮ ਟੱਪੇਗਾ ਤਾਂ ਇੱਥੇ ਇਹ ਸਾਰਾ ਏਰੀਆ ਜਿਹੜਾ ਨਾ ਹੌਲੀ ਹੌਲੀ ਇੱਥੇ ਆਪਣੇ ਘਰ ਦੀ ਛਾਂ ਆ ਜਾਏਗੀ, ਜਾਂ ਕਿ ਤੁਸੀਂ ਇੱਥੇ ਬੈਠ ਕੇ ਆਪਣੇ ਹੀ ਘਰ ਦੀ ਛਾਂ ਦਾ ਆਨੰਦ ਜਿਹੜਾ ਉਹ ਮਾਣ ਸਕਦੇ ਹੋ। ਇਹ ਡਾਇਰੈਕਸ਼ਨ ਬਹੁਤ ਸਹੀ ਆ, ਈਸਟ ਜਿਹੜੀ ਆ ਔਰ ਉਸ ਪਾਸੇ ਨੌਰਥ ਆ ਜਿਹੜਾ ਕੋਰਨਰ ਦੀ ਇਹ ਜਗ੍ਹਾ ਆ। ਸੋ ਇਹ ਬਾਹਰ ਦੇ ਪਾਸੇ ਅਗਰ ਆਪਾਂ ਦੇਖਦੇ ਹਾਂ ਤਾਂ ਬਾਹਰੋਂ ਦੋਸਤੋ ਉਹ ਸਾਹਮਣੇ GT ਰੋਡ ਨਜ਼ਰ ਆ ਰਿਹਾ ਵਾ, ਔਰ ਇਹ 80 ਫੁੱਟ ਤੋਂ ਜਿਹੜੀ ਆ ਵੱਧ ਇਹ ਰੋਡ ਆ ਜਿਸ ਰੋਡ 'ਤੇ ਆ। ਸੋ ਇਹ ਬਾਹਰ ਵੀ ਇੱਕ ਸਿਕਿਉਰਿਟੀ ਗਾਰਡ ਦਾ ਰੂਮ ਵੀ ਬਣਿਆ ਆ, ਔਰ ਇੱਧਰਲੇ ਪਾਸਿਓਂ ਦੇਖਦੇ ਹਾਂ ਆਪਾਂ ਇਹ ਕੋਰਨਰ, ਪੂਰੀ ਕੋਰਨਰ। ਸੋ ਇਹ ਪੂਰੀ ਦੀ ਪੂਰੀ ਕੋਰਨਰ ਆ, ਠੀਕ ਆ। ਇਸ ਪਾਸੇ ਇਹ ਕੋਰਨਰ ਆ, ਇਸ ਪਾਸੇ ਵੀ ਇਹ ਮੇਰੇ ਖਿਆਲ 45 ਫਿੱਟ ਦੀ ਰੋਡ ਹੈਗੀ, 45 ਫੁੱਟ ਦੀ ਰੋਡ ਇਸ ਪਾਸੇ ਵੀ ਹੈਗੀ ਆ। ਸੋ ਬਹੁਤ ਹੀ ਰੀਝ ਨਾਲ ਬਹੁਤ ਬਿਊਟੀਫੁੱਲ ਜਿਹੜਾ ਇਹ ਬੰਗਲਾ ਬਣਿਆ ਹੋਇਆ ਵਾ, ਔਰ ਇਹਦੀ ਜਿਹੜੀ ਆਸਕਿੰਗ ਪ੍ਰਾਈਜ਼ ਆ ਉਹ ਸਿਰਫ 580 ਲੱਖ ਰੁਪਇਆ ਵਾ। ਸੋ ਸਾਰਾ ਅੰਦਰੋਂ ਵੀ ਐਕਸਪਲੋਰ ਕਰਦੇ ਹਾਂ, ਆ ਜਾਓ, ਬਹੁਤ ਵਧੀਆ ਇੱਕ ਚੀਜ਼ ਵੇਖਣ ਵਾਲੀ ਆ। ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਆ। ਹੁਣ ਆਪਾਂ ਜਿਹੜਾ ਪੂਰਾ ਅੱਗੋਂ ਅੰਦਰੋਂ ਜਿਹੜਾ ਐਕਸਪਲੋਰ ਕਰਾਂਗੇ, ਪਰ ਆਹ ਚੀਜ਼ ਵੀ ਮੈਂ ਜ਼ਰੂਰ ਕਹੂੰਗਾ ਆਪਣੇ ਸਾਥੀ ਨੂੰ ਕਿ ਦਿਖਾ ਦਿਓ, ਦੇਖੋ ਕਿੰਨੀ ਬਿਊਟੀਫੁੱਲ ਆ ਚੀਜ਼ ਬਣੀ ਹੋਈ ਹੈ। ਇਸ ਪਾਸੇ ਸਾਰਾ ਵੁੱਡ ਦਾ ਕੰਮ ਹੋਇਆ ਵਾ, ਅਗਰ ਮੈਂ ਲਾਈਟਸ ਨੂੰ ਔਨ ਕਰਾਂ ਤਾਂ ਦੇਖੋ ਕਿਆ ਜਿਹੜਾ ਈਵਨਿੰਗ ਜਾਂ ਰਾਤ ਦਾ ਦ੍ਰਿਸ਼ ਬਹੁਤ ਸੋਹਣਾ। ਸੋ ਆ ਐਂਟਰ ਕਰਦਿਆਂ ਹੀ ਬਹੁਤ ਸੰਟੀਕ ਚੀਜ਼ਾਂ ਸਜਾਇਆ ਘਰ ਨੂੰ, ਆ ਸਾਹਮਣੇ ਪਾਸੇ ਬਹੁਤ ਸੋਹਣਾ, ਬਹੁਤ ਖੂਬਸੂਰਤ ਆ। ਔਰ ਇੱਧਰੋਂ ਐਂਟਰ ਕਰਦਿਆਂ ਹੀ ਆਪਾਂ ਨੂੰ ਦੋਸਤੋ ਇਸ ਪਾਸੇ ਇਹ ਡਰਾਇੰਗ ਰੂਮ ਦਾ ਏਰੀਆ ਮਿਲ ਜਾਂਦਾ। ਇੱਥੇ ਤੁਹਾਡਾ ਇਹ ਡਰਾਇੰਗ ਰੂਮ ਜਿਹੜਾ ਰਹੇਗਾ, ਬਹੁਤ ਸੋਹਣੀ ਡਾਊਨ ਸੀਲਿੰਗ ਕੀਤੀ ਹੋਈ ਆ, ਥੱਲੇ ਵੁਡਨ ਫਲੋਰਿੰਗ ਆ,
ਬਹੁਤ ਹੀ ਅੱਛਾ ਇਹ ਜਿਹੜਾ ਬੰਗਲੋ ਜਾਂ ਬੰਗਲਾ ਤੁਸੀਂ ਕਹਿ ਲਓ ਬਣਿਆ ਹੋਇਆ, ਬਹੁਤ ਬਿਊਟੀਫੁੱਲ। ਸੋ ਇੱਕ ਰੋਇਲ ਫੀਲਿੰਗ ਆਉਂਦੀ ਆ ਇੱਥੇ ਜਿਹੜਾ ਵਾ ਰਹਿਣ ਦੀ, ਬਹੁਤ ਹੀ ਖੁੱਲ੍ਹੀ ਡੁੱਲੀ ਹਵਾ, ਸਾਹਮਣੇ ਵੀ ਬਹੁਤ ਅੱਛੇ ਬਾਗ ਨੇ। ਸੋ ਆਓ ਹੁਣ ਆਪਾਂ ਥੋੜ੍ਹਾ ਅੱਗੇ ਐਕਸਪਲੋਰ ਕਰਦੇ ਹਾਂ। ਅੱਜ ਦੇਖੋ ਇੱਥੇ ਬਹੁਤ ਸੋਹਣੀ ਇਹ ਬਣਾ ਕੇ ਜਾਲੀ, ਇਹ ਵੀ ਸਾਰਾ ਵੁੱਡ ਦਾ ਕੰਮ ਕੀਤਾ ਇੱਥੇ। ਔਰ ਜਦੋਂ ਆਪਾਂ ਇਸ ਪਾਸੇ ਨੂੰ ਆਉਣੇ ਐਂਟਰੈਂਸ ਕਰਦੇ ਹਾਂ ਜੀ, ਤਾਂ ਇਹ ਲੌਬੀ ਦਾ ਏਰੀਆ ਵਾ, ਬਹੁਤ ਬਿਊਟੀਫੁੱਲ ਇਹ ਲੌਬੀ ਦਾ ਏਰੀਆ ਜੀ। ਇਹ ਸਾਰਾ ਇਸ ਪਾਸੇ, ਇਹ ਬਾਹਰਲੇ ਪਾਸੇ ਆਪਣਾ ਲੋਨ ਆ, ਔਰ ਬੜੀ ਸੋਹਣਾ ਗ੍ਰੀਨਰੀ ਦਾ ਵਿਊ ਵੀ ਇੱਥੋਂ ਆਪਾਂ ਲੈ ਸਕਦੇ ਹਾਂ। ਇਹ ਚਾਹੀਏ ਤਾਂ ਕਰਟਨਸ ਇਸ ਤਰ੍ਹਾਂ ਕਰਕੇ ਆਪਾਂ ਇੱਦਾਂ ਕਰਕੇ ਬਾਹਰੋਂ ਹੋਰ ਲਾਈਟ ਇੱਥੋਂ ਲਈ ਜਾ ਸਕਦੀ ਆ। ਸੋ ਇੱਥੇ ਬੈਠ ਕੇ ਟੀ ਵੀ ਆਪਣੀ ਫੈਮਿਲੀ ਨਾਲ ਤੁਸੀਂ ਜਿਹੜਾ ਇੰਜੋਏ ਕਰੋਗੇ। ਔਰ ਇੱਧਰ ਜਿਹੜਾ ਇਹ ਡਾਇਨਿੰਗ ਟੇਬਲ ਆ, ਔਰ ਇਹ ਬਹੁਤ ਸ਼ਾਨਦਾਰ ਬਿਊਟੀਫੁੱਲ ਕਿਚਨ, ਖੂਬਸੂਰਤ ਅਤੇ ਬਹੁਤ ਖੁੱਲ੍ਹੀ ਡੁੱਲੀ, ਬਹੁਤ ਵੱਡੀ ਸਾਰੀ ਕਿਚਨ, ਘਰ ਦੇ ਹਿਸਾਬ ਦੇ ਨਾਲ ਬਹੁਤ ਹੀ ਵਧੀਆ ਕਿਚਨ ਆਪਾਂ ਨੂੰ ਇਸ ਪਾਸੇ ਮਿਲਦੀ। ਸਾਰੀ ਕਿਚਨ ਮਾਡਲਰ ਇਨੋਟੈਕ ਤਾਂ ਹੈ ਹੀ ਹੈ, ਪਰ ਇੱਕ ਖਾਸ ਚੀਜ਼ ਦੱਸਣ ਵਾਲੀ ਆ ਕਿ ਇਹ ਆ ਦੇਖੋ, ਮੈਂ ਦਿਖਾਉਣਾ ਚਾਹੂੰਗਾ ਕਿ ਇਹ ਵੁੱਡ ਦੀ ਨਹੀਂ ਬਣੀ ਹੋਈ, ਸਟੇਨਲੈਸ ਸਟੀਲ ਦੀ ਕਿਚਨ ਬਣੀ ਹੋਈ ਆ। ਸੋ ਟਰਮਾਈਡ ਦੀ ਜਾਂ ਫਾਇਰ ਦੀ ਕੋਈ ਚਿੰਤਾ ਨਹੀਂ ਆ। ਇੱਥੇ ਔਕਸ ਨੇ, ਇਹ ਚਿਮਨੀ ਲੱਗੀ ਹੋਈ ਆ, ਔਰ ਇਹ ਬਹੁਤ ਸੋਹਣਾ ਇਹ ਵੁੱਡ ਦਾ ਇੱਥੇ ਨਾ ਆ ਪਲੇਟਫਾਰਮ ਦੇਖੋ ਬਣਿਆ ਅਸਲੀ ਵੁੱਡ ਦਾ। ਸੋ ਇਹ ਇਸ ਪਾਸਿਓਂ ਲਾਈਟ ਵੈਂਟੀਲੇਸ਼ਨ ਤਾਂ ਹੈ ਹੀ। ਸੋ ਆਹ ਚੀਜ਼ ਦੇਖੋ ਇੱਥੇ ਬੜੀ ਖੂਬਸੂਰਤ ਸਾਰੀ ਦੀ ਸਾਰੀ ਕਿਚਨ ਆ, ਦੇਖੋ ਬਿਊਟੀਫੁੱਲ। ਸੋ ਇਹ ਸਾਰਾ ਕੁਝ ਸ਼ਾਇਦ ਦਿਖਾਉਣਾ ਕਈ ਵਾਰੀ ਪੋਸੀਬਲ ਨਹੀਂ ਹੁੰਦਾ, ਪਰ ਅਗਰ ਤੁਸੀਂ ਫਿਜ਼ੀਕਲੀ ਆ ਕੇ ਘਰ ਨੂੰ ਵਿਜ਼ਿਟ ਕਰਦੇ ਹੋ ਤਾਂ ਦੇਖਦੇ ਹੀ ਗੱਲ ਬਣਦੀ ਆ। ਸੋ ਵੈਰੀ ਬਿਊਟੀਫੁੱਲ ਕਿਚਨ, ਕਿਉਂਕਿ ਕਿਚਨ ਘਰ ਦਾ ਮੇਨ ਪਾਰਟ ਹੈ, ਜਿੱਥੇ ਮੈਕਸੀਮਮ ਟਾਈਮ ਜਿਹੜਾ ਘਰ ਦੀ ਜਿਹੜੀ ਗ੍ਰਹਿਣੀ ਆ, ਘਰ ਦੀ ਜਿਹੜੀ ਮਾਲਕਿਨ ਹੈ, ਉਹਦਾ ਗੁਜ਼ਰਦਾ ਆ। ਸੋ ਆਹ ਦੇਖੋ ਇਹ ਵੀ ਬਹੁਤ ਸੋਹਣਾ ਇੱਕ ਵੁੱਡ ਦਾ ਜਿਹੜਾ ਵਾ ਇਹ ਬਾਰ ਬਣਿਆ, ਬੜਾ ਪਿਆਰਾ ਜਿਹਾ। ਸੋ ਇਸ ਪਾਸੇ ਆ ਜਾਂਦਾ ਜੀ ਗਰਾਊਂਡ ਫਲੋਰ ਦਾ ਫਸਟ ਬੈਡਰੂਮ। ਫਸਟ ਬੈਡਰੂਮ ਦੇ ਤੁਹਾਨੂੰ ਮੈਂ ਕਿਹਾ ਸੀਗਾ ਕਿ ਇਸ ਪਾਸੇ ਦੇਖੋ, ਪਹਿਲਾਂ ਤਾਂ ਬੈਡਰੂਮ ਤੁਸੀਂ ਦੇਖੋ ਕਿੰਨਾ ਖੂਬਸੂਰਤ ਆ, ਇਹ ਪੂਰਾ ਸ਼ਾਹੀ ਬੈੱਡ ਇੱਥੇ ਲੱਗਾ ਹੋਇਆ ਜੀ, ਔਰ ਬਹੁਤ ਹੀ ਅੱਛੇ ਤਰੀਕੇ ਨਾਲ ਇਹਨੂੰ ਸਜਾਇਆ ਗਿਆ। ਡਾਊਨ ਸੀਲਿੰਗ ਬਹੁਤ ਸੋਹਣੀ ਆ, ਪੂਰਾ ਏ ਸੀ ਆ। ਇਸ ਪਾਸੇ ਜਿਹੜਾ ਦੇਖੋ ਡਬਲ ਡਬਲ ਕਰਟਨਸ ਜਿਹੜੇ ਹੈਗੇ ਨੇ ਇਸ ਪਾਸੇ। ਸੋ ਆ ਦੇਖੋ, ਸੋ ਇਸ ਤਰ੍ਹਾਂ ਬਾਹਰ ਨਾ ਬੜੀ ਵਧੀਆ ਜਗ੍ਹਾ, ਹਰ ਕਮਰੇ ਦੇ ਬਾਹਰ ਸਾਨੂੰ ਬੜੀ ਅੱਛੀ ਜਗ੍ਹਾ ਬਾਹਰ ਬੈਠਣ ਨੂੰ ਮਿਲਦੀ ਹੈ। ਬਹੁਤ ਹੀ ਮਤਲਬ ਇੱਕ ਲਗਜ਼ਰੀ ਘਰ ਜਿਹੜਾ ਵਾ ਬਣਿਆ ਹੋਇਆ ਵਾ। ਇੱਥੋਂ ਤੁਸੀਂ ਬਾਹਰ ਨਿਕਲੋ ਇੱਥੇ ਵੀ ਬੈਠ ਸਕਦੇ ਹੋ, ਔਰ ਇੱਧਰ ਇਹ ਬਾਹਰ ਕਾਫੀ ਜਿਹੜਾ ਇਹ ਸਿੱਟ ਆਊਟ ਦਾ ਏਰੀਆ ਇੱਥੇ ਬਾਹਰ ਬਣਿਆ, ਇੱਥੇ ਵੀ ਆਪਾਂ ਬੈਠ ਸਕਦੇ ਹਾਂ, ਠੀਕ ਹੈ ਨਾ। ਔਰ ਜਿਸ ਤਰ੍ਹਾਂ ਬੜੀ ਸੋਹਣੀ ਕ੍ਰੀਏਟੀਵਿਟੀ ਕੀਤੀ ਹੋਈ ਆ ਇੱਥੇ। ਇਹ ਦੇਖੋ ਇਹ ਜਿਹੜਾ ਗਲਾਸ ਬ੍ਰਿਜ ਬਣਿਆ, ਪਹਿਲਾਂ ਵੀ ਸ਼ਾਇਦ ਦਿਖਾਇਆ ਆਪਾਂ, ਬਹੁਤ ਸੋਹਣਾ ਗਲਾਸ ਬ੍ਰਿਜ ਬਣਿਆ ਹੋਇਆ। ਸੋ ਇੱਥੇ ਬੈਠ ਕੇ ਵੀ ਇੰਜੋਏ ਕੀਤਾ ਜਾਂਦਾ। ਇੱਧਰ ਦੇਖੋ ਕਿੰਨਾ ਸੋਹਣਾ ਕ੍ਰੀਏਟਿਵ ਮਾਹੌਲ ਬਣਾਇਆ ਕਿ ਆਪਾਂ ਇਹ ਜਿਹੜਾ ਇੱਥੇ ਅਗਰ ਕਿਸੇ ਨੇ ਪੇਂਟਿੰਗ ਕਰਨੀ ਹੈ ਤਾਂ ਇੱਥੇ ਆਪਾਂ ਪੇਂਟਿੰਗ ਕਰ ਸਕਦੇ ਹਾਂ। ਦੋਸਤੋ ਹੁਣ ਹਰ ਕਮਰੇ ਦੇ ਨਾਲ ਮਾਡਰਨਾਈਜੇਸ਼ਨ ਦੇ ਕਰਕੇ ਅਟੈਚ ਵਾਸ਼ਰੂਮ ਹੋਣਾ ਬਹੁਤ ਜ਼ਰੂਰੀ ਹੈ। ਇਹ ਪੂਰੀ ਦੀ ਪੂਰੀ ਇੱਥੇ ਤੁਸੀਂ ਇਹਨੂੰ ਕਹਿ ਸਕਦੇ ਹੋ ਡਰੈਸਿੰਗ ਏਰੀਆ ਜਾਂ ਕਬਰਡ ਮਿਲ ਜਾਏਗੀ। ਬਹੁਤ ਸਾਰੀ ਸਪੇਸ ਸਾਨੂੰ ਇੱਥੇ ਮਿਲਦੀ ਹੈ ਪੂਰੇ ਦੇ ਪੂਰਾ ਜਿਹੜਾ ਵਾ। ਇੱਥੇ ਤੁਸੀਂ ਆਪਣੇ ਸਮਰਸ ਵਿੰਟਰ ਦੇ ਜਿੰਨੇ ਮਰਜ਼ੀ ਕਲੋਥਸ ਜਿਹੜੇ ਇੱਥੇ ਰੱਖ ਲਓ। ਸੋ ਇਸ ਪਾਸੇ ਮਿਲਦਾ ਜੀ ਆਪਾਂ ਨੂੰ ਅਟੈਚ ਵਾਸ਼ਰੂਮ, ਬਹੁਤ ਸੋਹਣਾ 5 ਸਟਾਰ ਬਿਊਟੀਫੁੱਲ ਵਾਸ਼ਰੂਮ ਹੈ।
ਬਹੁਤ ਘੈਂਟ, ਬਹੁਤ ਸੋਹਣਾ ਬਣਿਆ ਹੋਇਆ। ਆ ਜਾਓ ਹੁਣ ਆਪਾਂ ਵਾਪਸ ਲੋਬੀ ਵਾਲੇ ਪਾਸੇ ਚੱਲਦੇ ਹਾਂ। ਆਪਾਂ ਡਰਾਇੰਗ ਰੂਮ, ਲੋਬੀ, ਕਿਚਨ, ਇੱਕ ਗਰਾਊਂਡ ਫਲੋਰ ਦਾ ਬੈਡਰੂਮ ਜਿਹੜਾ ਐਕਸਪਲੋਰ ਕਰ ਲਿਆ ਵਾ। ਇਹ ਹੈਗੇ ਆ ਜੀ ਆਪਣਾ ਸਟੇਅਰ ਕੇਸ, ਬਹੁਤ ਅੱਛਾ ਦੇਖੋ ਪਲੇਟਫਾਰਮ ਬਣ ਕੇ ਇਹ ਸਟੇਅਰ ਕੇਸ ਬਣਿਆ ਆ। ਥੱਲੇ ਵੁੱਡ ਦਾ ਪਲੇਟਫਾਰਮ ਆ, ਲੱਕੜ ਦਾ ਪਲੇਟਫਾਰਮ ਆ। ਸੋ ਹੁਣ ਆਪਾਂ ਦੇਖਦੇ ਹਾਂ ਜੀ ਗਰਾਊਂਡ ਫਲੋਰ ਦਾ, ਇਹ ਵੀ ਚੀਜ਼ ਦੇਖਣ ਵਾਲੀ ਦੇਖੋ, ਬਹੁਤ ਖੂਬਸੂਰਤ ਜਿਹੜਾ ਵਾ ਇਹ, ਬਿਲਕੁਲ ਐਂਟੀਕ ਚੀਜ਼ ਆ, ਪੰਜਾਬ ਪੁਰਾਣੇ ਜ਼ਮਾਨੇ ਦਾ ਸੰਦੂਖੜੀਆਂ ਜਿਹਨੂੰ ਕਹਿੰਦੇ ਸੀ। ਇਹ 'ਚ ਦੇਖੋ ਕੋਈ ਰੇਲਿੰਗ ਨਹੀਂ ਲੱਗੀ ਪਰ ਫਿਰ ਵੀ ਕਿੰਨਾ ਸਮੂਥ ਆ। ਸੋ ਇਹ ਆ ਗਿਆ ਜੀ ਆਪਣਾ ਗਰਾਊਂਡ ਫਲੋਰ ਦਾ ਸੈਕਿੰਡ ਬੈਡਰੂਮ, ਬਹੁਤ ਖੂਬਸੂਰਤ। ਇੱਥੇ LCD ਇੰਸਟਾਲ ਹੋਏਗੀ ਔਰ ਇਸ ਪਾਸੇ ਉਸੇ ਤਰ੍ਹਾਂ ਹੀ ਫਿਰ ਬਹੁਤ ਅੱਛੇ ਤਰੀਕੇ ਨਾਲ ਡਬਲ ਡਬਲ ਜਿਹੜੇ ਆ ਉਹ ਕਟਿੰਗ ਕੱਟਣ ਲੱਗੇ ਹੋਏ ਨੇ। ਔਰ ਇਹਦੇ ਬਾਹਰ ਹੀ ਬੜਾ ਸੋਹਣਾ ਪਲੇਟਫਾਰਮ ਬਣਿਆ, ਆਓ ਦਿਖਾਉਂਦੇ ਹਾਂ ਕਿਉਂਕਿ ਬਾਹਰ ਲਾਉਣ ਦਾ ਅਗਰ ਮਜ਼ਾ ਲੈਣਾ ਆਪਾਂ ਬਹਿ ਕੇ ਤਾਂ ਆਹ ਦੇਖੋ ਇੱਥੇ ਇਹ ਬਾਹਰ ਇਹਦੋਂ ਸਾਹਮਣੇ ਆਪਾਂ ਨੂੰ ਲਾਉਣ ਆਪਣਾ ਨਜ਼ਰ ਆਉਂਦਾ। ਸੋ ਵੈਰੀ ਬਿਊਟੀਫੁਲ। ਇਹ ਇੱਧਰ ਜਿਹੜੇ ਆ ਸਰਵੈਂਟ ਕੁਆਟਰਸ ਬਣੇ ਹੋਏ ਨੇ। ਸੋ ਬਹੁਤ ਹੀ ਖੂਬਸੂਰਤ ਇਹ ਵੀ ਬੈਡਰੂਮ ਦੇਖੋ ਦੋਸਤੋ। ਆਪਾਂ ਨੂੰ ਇਹ ਡਰੈਸਿੰਗ ਰੂਮ ਹੈ ਔਰ ਡਰੈਸਿੰਗ ਰੂਮ ਇੱਥੇ ਬਹੁਤ ਵੱਡੀ ਅਲਮੀਰਾ ਇੱਥੇ ਬਣ ਜਾਏਗੀ, ਬਹੁਤ ਵੱਡੀ ਬਣਾ ਸਕਦੇ ਹਾਂ ਆਪਾਂ। ਸੋ ਇਹ ਅਟੈਚ ਵਾਸ਼ਰੂਮ ਹੈ ਔਰ ਇਹ ਅਟੈਚ ਜਿਹੜਾ ਅਟੈਚ ਵਾਸ਼ਰੂਮ ਹੀ ਔਰ ਦੈਨ ਕਾਮਨ ਵਾਸ਼ਰੂਮ ਹੀ ਹੈਗਾ। ਬਹੁਤ ਬਿਊਟੀਫੁਲ ਹੈ, ਸਾਰੀਆਂ ਫਿਟਿੰਗਸ, ACs, ਸਾਰਾ ਫੁੱਲੀ ਫਰਨਿਸ਼ਡ ਘਰ ਆ। ਮੈਂ ਦੱਸਣਾ ਭੁੱਲ ਗਿਆ ਸੀ ਕਿ ਫੁੱਲੀ ਫਰਨਿਸ਼ਡ ਘਰ ਤੁਹਾਨੂੰ ਉਸ ਪ੍ਰਾਈਜ਼ 'ਚ ਮਿਲੂਗਾ ਜੋ ਪ੍ਰਾਈਜ਼ ਮੈਂ ਸ਼ੁਰੂ 'ਚ ਬੋਲੀ ਆ। ਤੋ ਇੱਥੋਂ ਇਹ ਕਾਮਨ ਹੋਣ ਕਰਕੇ ਇੱਥੋਂ ਦੇਖੋ ਮੈਂ ਇਹ ਵਾਪਸ ਫਿਰ ਜਿਹੜਾ ਵਾ ਲੋਬੀ 'ਚ ਆ ਗਿਆ। ਔਰ ਇਸ ਪਾਸੇ ਵੀ ਇਸ ਪਾਸੇ ਸਾਨੂੰ ਇੱਕ ਸਟੋਰ ਮਿਲ ਜਾਂਦਾ ਔਰ ਇਹ ਇੱਕ ਇਸ ਪਾਸੇ ਵੀ ਓਪਨ ਸਪੇਸ ਆ। ਇਹ ਇੱਥੇ ਵੀ ਓਪਨ ਸਪੇਸ ਆ ਜਿਹੜੀ ਆ ਦੇਖੋ। ਔਰ ਇੱਧਰ ਪਾਸੇ ਇੱਕ ਸਟੋਰ ਵੀ ਹੈਗਾ। ਸਟੇਅਰ ਕੇਸ 'ਚ ਜਾਂਦੇ ਨਾ ਰਸਤੇ ਵਿੱਚ ਇੱਕ ਚੀਜ਼ ਦੱਸਣੀ ਜ਼ਰੂਰੀ ਆ। ਆਹ ਦੇਖੋ ਇੱਥੋਂ ਜਿਹੜਾ ਵਾ ਇਹ ਇੱਧਰੋਂ ਬਾਹਰੋਂ ਇੱਧਰੋਂ ਵੇ ਆ ਔਰ ਆਪਾਂ ਅਗਰ ਟੈਰਸ 'ਤੇ ਜਾਣਾ ਵਾ ਤਾਂ ਇਹ ਟੈਰਸ 'ਤੇ ਜਾਣ ਵਾਸਤੇ ਇੱਥੋਂ ਜਿਹੜੀਆਂ ਲੋਹੇ ਦੀਆਂ ਪੌੜੀਆਂ ਜਿਹੜੀਆਂ ਨੇ ਉਹ ਬਣੀਆਂ ਹੋਈਆਂ ਨੇ, ਇਹਦੇ ਰਾਹੀਂ ਆਪਾਂ ਟੈਰਸ 'ਤੇ ਜਾ ਸਕਦੇ ਹਾਂ। ਸੋ ਹੁਣ ਤੁਸੀਂ ਦੇਖ ਰਹੇ ਹੋ ਫਸਟ ਫਲੋਰ ਦੀ ਲੋਬੀ ਦੇਖੋ। ਇੱਧਰ ਤੁਸੀਂ ਦੇਖੋ ਕਿੰਨੀ ਖੂਬਸੂਰਤ ਫਸਟ ਫਲੋਰ ਦੀ ਜਿਹੜੀ ਆ ਉਹ ਲੋਬੀ ਆ, ਬਹੁਤ ਹੀ ਸ਼ਾਨਦਾਰ ਲੋਬੀ ਆ। ਸੋ ਇਹ ਸਾਰਾ ਪੂਰੇ ਦਾ ਪੂਰਾ ਏਰੀਆ ਤੁਹਾਨੂੰ ਮਿਲ ਜਾਂਦਾ ਇੱਥੇ। ਇਹ ਕਾਫੀ ਜਿਹੜਾ ਵਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਲੋਬੀ ਦਾ ਏਰੀਆ, ਲਿਵਿੰਗ ਏਰੀਆ ਇਹ ਕਾਫੀ। ਸੋ ਇਹਦੇ ਨਾਲ ਆਪਾਂ ਇੱਧਰੋਂ ਫਸਟ ਆਪਾਂ ਨੂੰ ਫਸਟ ਫਲੋਰ 'ਤੇ ਜਿਹੜਾ ਫਸਟ ਬੈਡਰੂਮ ਹੈ ਉਹ ਇੱਥੇ ਮਿਲਦਾ ਆਪਾਂ ਨੂੰ। ਇਹ ਤੁਹਾਡਾ ਇੱਥੇ ਫਸਟ ਫਲੋਰ ਦਾ ਫਸਟ ਬੈਡਰੂਮ ਰਹੂਗਾ। ਇੱਧਰ LCD ਪੈਨਲ ਆ, ਇਹ ਬਹੁਤ ਸੋਹਣਾ ਬੈੱਡ ਬਣਿਆ ਹੋਇਆ, AC ਇੰਸਟਾਲ ਆ, ਡਾਊਨ ਸੀਲਿੰਗ ਬਹੁਤ ਵਧੀਆ ਆ। ਔਰ ਇਹਦੇ ਨਾਲ ਵੀ ਦੋਸਤੋ ਬਹੁਤ ਸੋਹਣਾ ਇਸ ਪਾਸੇ ਆਪਾਂ ਨੂੰ ਮਿਲ ਜਾਂਦੀ ਹੈ ਜੀ ਬਾਲਕੋਨੀ। ਇਹ ਚੀਜ਼ ਮੈਨੂੰ ਬਹੁਤ ਅੱਛੀ ਲੱਗੀ ਇਸ ਘਰ ਦੀ ਕਿ ਹਰ ਇੱਕ ਰੂਮ ਦੇ ਨਾਲ ਜਿਹੜੀ ਹੈ ਨਾ ਉਹ ਆਪਾਂ ਨੂੰ ਬਾਹਰ ਬਾਲਕੋਨੀ ਜਾਂ ਬਾਹਰ ਦਾ ਐਕਸੈਸ ਮਿਲਦਾ, ਜਿੱਥੇ ਹਰ ਬੰਦਾ ਅਗਰ ਰੂਮ 'ਚ ਨਹੀਂ ਬੈਠਣਾ ਚਾਹੁੰਦਾ ਤਾਂ ਰੂਮ 'ਚੋਂ ਬਾਹਰ ਬੈਠ ਕੇ ਇੱਥੇ ਜਿਹੜਾ ਨਾ ਉਹ ਆਪਣਾ ਟਾਈਮ ਸਪੈਂਡ ਕਰ ਸਕਦਾ, ਟਾਈਮ ਇਨਵੈਸਟ ਕਰ ਸਕਦਾ। ਸੋ ਇਹਦੇ ਨਾਲ ਵੀ ਉਸੇ ਤਰ੍ਹਾਂ ਹੀ ਦੋਸਤੋ ਉਸ ਪਾਸੇ ਆਪਾਂ ਨੂੰ ਜਿਹੜਾ ਵਾ ਉਹ ਅਟੈਚ ਵਾਸ਼ਰੂਮ ਮਿਲ ਜਾਂਦਾ ਵਾ। ਔਰ ਨਾਲ ਦੀ ਨਾਲ ਜਿਹੜਾ ਵਾ ਇੱਥੇ ਇਹ ਡਰੈਸਿੰਗ ਦਾ ਏਰੀਆ ਮਿਲ ਜਾਂਦਾ ਵਾ। ਸੋ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਜੀ ਇਸ ਪਾਸੇ ਆਪਾਂ ਜਾਂਦੇ ਹਾਂ ਫਿਰ ਵਾਪਸ ਜਿਹੜਾ ਵਾ ਇਹ ਲੋਬੀ ਦੇ ਵਿੱਚ। ਔਰ ਲੋਬੀ ਦੇ ਵਿੱਚ ਸਾਹਮਣੇ ਇੱਕ ਬੜੀ ਸ਼ਾਨਦਾਰ ਚੀਜ਼ ਬਣੀ ਹੈ, ਬਿਲਕੁਲ ਇਹ ਹੈਗਾ ਜੀ ਇੰਟਰਟੇਨਮੈਂਟ ਰੂਮ। ਇੱਥੇ ਤੁਸੀਂ ਸਾਹਮਣੇ ਉੱਥੇ ਪ੍ਰੋਜੈਕਟਰ ਲੱਗੇਗਾ ਇਸ ਜਗ੍ਹਾ 'ਤੇ, ਸੋਰੀ ਪ੍ਰੋਜੈਕਟਰ ਇੱਧਰ ਲੱਗੇਗਾ, ਇੱਥੇ ਸਕਰੀਨ ਬਣ ਜਾਏਗੀ, ਇੱਥੇ ਤੁਸੀਂ ਮੂਵੀ ਵਗੈਰਾ ਆਪਣੀ ਦੇਖ ਸਕਦੇ ਹੋ। ਠੀਕ ਹੈ, ਇਸ ਪਾਸੇ ਸਾਰੇ ਕੰਟਰੋਲਸ ਲੱਗ ਜਾਣਗੇ ਔਰ ਇਹ ਸਾਰੀ ਸਿਟਿੰਗ ਤੁਹਾਡੀ ਹੈ। ਇੱਥੇ ਤੁਸੀਂ ਕੋਈ ਆਪਣਾ
ਜਿਵੇਂ ਸਨੀਕਰ ਪੂਲ ਵਗੈਰਾ ਜਾਂ ਉਹ ਚੀਜ਼ਾਂ ਵੀ ਇੱਥੇ ਇੰਸਟਾਲ ਕਰਕੇ, ਯਾਨੀ ਕਿ ਇਹ ਪੂਰਾ ਤੁਸੀਂ ਇਹਨੂੰ ਗੇਮਿੰਗ ਜ਼ੋਨ ਜਾਂ ਇੰਟਰਟੇਨਮੈਂਟ ਰੂਮ ਜਿਵੇਂ ਮਰਜ਼ੀ ਇਹਨੂੰ ਤੁਸੀਂ ਕਨਵਰਟ ਕਰ ਸਕਦੇ ਹੋ। ਇਸ ਪਾਸੇ ਵੀ ਰਸਤਾ ਹੈਗਾ ਵਾ, ਪਰ ਚਲੋ ਆਪਾਂ ਥੋੜ੍ਹਾ ਇਧਰੋਂ ਦੇਖ ਲੈਂਦੇ ਹਾਂ। ਸੋ ਇਸ ਪਾਸੇ ਵੀ ਦੋਸਤੋ ਇੱਥੇ ਛੋਟੀ ਪੈਂਟਰੀ ਵੀ ਮਿਲ ਜਾਂਦੀ ਹੈ, ਤਾਂ ਕਿ ਅਗਰ ਤੁਸੀਂ ਉੱਪਰ ਬੈਠੇ ਹੋ ਕੁਛ ਖਾਣਾ ਪੀਣਾ। ਇਹ ਵੀ ਕਾਫੀ ਸਪੇਸ ਹੈ ਦੋਸਤੋ ਇੱਥੇ, ਆਹ ਦੇਖੋ ਇੱਥੇ ਕਾਫੀ ਸਪੇਸ ਹੈਗੀ ਹੈ। ਖਾਸ ਚੀਜ਼ ਤੁਹਾਨੂੰ ਦੱਸਦਾ, ਦੇਖੋ ਤੁਸੀਂ ਬਾਲਕੋਨੀ 'ਚ ਆ ਜਾਓ, ਅਤੇ ਇਹ ਬਾਲਕੋਨੀ ਦੇ ਵਿੱਚ ਜਿਹੜਾ ਇੱਕ ਤਾਂ ਇੱਧਰ ਇਹ ਸੋਫਾ ਬੈਠਣ ਵਾਲਾ ਬਹੁਤ ਬਣਿਆ, ਇਹਦੇ 'ਤੇ ਕੁਸ਼ਨਸ ਰੱਖ ਕੇ ਬਹੁਤ ਅੱਛੀ ਚੀਜ਼ ਬਣ ਜਾਏਗੀ ਬੈਠਣ ਵਾਸਤੇ। ਔਰ ਨਾਲ ਦੀ ਨਾਲ ਇਹ ਜਿਹੜੀ ਹੈ ਥਿੰਕਿੰਗ ਚੇਅਰ ਬਣੀ ਹੋਈ ਹੈ, ਇਹ ਥੱਲੇ ਵੀ ਪਈਆਂ ਇਹਦੇ ਨਾਲ ਦੀਆਂ ਇੱਕ ਦੋ, ਸਾਰੇ ਘਰ 'ਚ ਦੋ ਤਿੰਨ ਥਿੰਕਿੰਗ ਚੇਅਰ ਆ। ਅਗਰ ਤੁਸੀਂ ਮੈਨੀਫੈਸਟੇਸ਼ਨ ਕਰਨੀ ਚਾਹੁੰਦੇ ਹੋ ਤਾਂ ਬੜੀ ਕੰਮ ਆਏਗੀ। ਇੱਧਰੋਂ ਐਂਟਰੈਂਸ ਜਿਵੇਂ ਤੁਹਾਨੂੰ ਦਿਖਾਈ ਸੀ ਉਹ ਸੇਮ ਐਂਟਰੈਂਸ ਆ। ਸੋ ਆ ਜਾਓ ਹੁਣ ਆਪਾਂ ਫਸਟ ਫਲੋਰ ਦੇ ਸੈਕਿੰਡ ਬੈਡਰੂਮ ਵੱਲ ਚੱਲਦੇ ਹਾਂ ਜੀ। ਆਪਾਂ ਫਸਟ ਬੈਡਰੂਮ, ਇੰਟਰਟੇਨਮੈਂਟ ਰੂਮ, ਬਾਹਰ ਜਿਹੜਾ ਸਿਟ ਆਊਟ, ਇਹ ਸਾਰਾ ਕੁਝ ਐਕਸਪਲੋਰ ਕਰ ਲਿਆ ਵਾ। ਹੁਣ ਆਪਾਂ ਵੇਖ ਰਹੇ ਹਾਂ ਜਿਹੜਾ ਵਾ ਫਸਟ ਫਲੋਰ ਦਾ ਸੈਕਿੰਡ ਬੈਡਰੂਮ। ਬਹੁਤ ਸੋਹਣਾ ਬੈਡਰੂਮ ਹੈ, ਦੇਖੋ ਬਹੁਤ ਖੂਬਸੂਰਤ। ਇਹਦੇ ਨਾਲ ਵੀ ਸਾਨੂੰ ਬਾਲਕੋਨੀ ਮਿਲਦੀ ਹੈ, ਔਰ ਇਹਦੇ ਨਾਲ ਵੀ ਉਸੇ ਤਰ੍ਹਾਂ ਹੀ ਇੱਧਰ ਜਿਹੜਾ ਇਹ ਡਰੈਸਿੰਗ ਦਾ ਏਰੀਆ, ਇੱਥੇ ਡਰੈਸਿੰਗ ਬਣ ਜਾਏਗਾ, ਅਲਮੀਰਾ ਵਗੈਰਾ ਬਣ ਜਾਏਗੀ। ਔਰ ਇੱਥੇ ਸਾਨੂੰ ਮਿਲ ਜਾਂਦਾ ਜੀ ਬਹੁਤ ਖੂਬਸੂਰਤ 5-star, ਦੇਖੋ ਇੱਥੇ ਸਾਨੂੰ ਮਿਲਦਾ ਵਾਸ਼ਰੂਮ, ਬਹੁਤ ਹੀ ਖੂਬਸੂਰਤ ਵਾਸ਼ਰੂਮ ਹੈ। ਮੈਂ ਕਹੂੰਗਾ ਕਿ ਥੋੜ੍ਹਾ ਅੰਦਰ ਆ ਕੇ ਦਿਖਾ ਦਿਓ। ਆਹ ਦੇਖੋ ਜਿਹੜਾ ਇਹਦੇ ਵਿੱਚ ਸ਼ਾਵਰ ਬਣਿਆ, ਇਹ ਕਿੰਨਾ ਖੂਬਸੂਰਤ ਸ਼ਾਵਰ ਬਣਿਆ ਹੋਇਆ, ਔਰ ਇਹ ਪੂਰੇ ਦਾ ਪੂਰਾ ਬਹੁਤ ਹੀ ਬਿਊਟੀਫੁੱਲ। ਸਾਰੇ ਵਾਸ਼ਰੂਮ ਇਸ ਤਰ੍ਹਾਂ ਹੀ ਬਹੁਤ ਸੋਹਣੇ 5-star ਬਣੇ ਹੋਏ ਨੇ। ਸੋ ਇਸ ਤੋਂ ਬਾਅਦ ਆਪਾਂ ਦੋਸਤੋ ਇਸ ਜਿਹੜਾ ਬੈਡਰੂਮ ਹੈ ਇਹਦੇ ਵਿੱਚ ਤੁਸੀਂ ਦੇਖੋ ਡਾਊਨ ਸੀਲਿੰਗ ਕਿੱਡੀ ਸੋਹਣੀ, ਕਿੰਨੀ ਪਿਆਰੀ ਕੀਤੀ ਹੈ ਪੂਰੀ ਵੁੱਡ ਦਾ ਮਿਕਸਚਰ ਕਰਕੇ, ਬਹੁਤ ਸੋਹਣਾ ਬੈੱਡ ਆ। ਬੈੱਡ ਦੇ ਨਾਲ ਦੇਖੋ ਥੱਲੇ ਇੱਕ ਆ ਪਲੇਟਫਾਰਮ ਬਣਿਆ ਬੜਾ ਵਧੀਆ, ਔਰ ਉੱਪਰ ਬੈੱਡ ਬਣਿਆ ਬਹੁਤ ਖੂਬਸੂਰਤ। ਇੱਥੇ ਤੁਸੀਂ ਇੱਦਾਂ ਮੇਰਾ ਐਂ ਦੇਖੋ ਇੱਥੇ ਵੀ ਬਹਿ ਸਕਦੇ ਹਾਂ ਕਰਕੇ, ਵਾਹ ਕਿਆ ਬਾਤ ਹੈ। ਜਾਂ ਤੁਸੀਂ ਕਿਵੇਂ ਕਈ ਲੋਕ ਪੜ੍ਹਦੇ ਨੇ ਇੱਦਾਂ ਬਹਿ ਕੇ, ਬੱਚੇ ਕਿਤਾਬ ਪੜ੍ਹਦੇ ਨੇ ਇੱਦਾਂ ਬਹਿ ਕੇ, ਇਹ ਕਰ ਸਕਦੇ ਹੋ, ਬਹੁਤ ਹੀ ਇੱਕ ਅੱਛਾ ਟਾਈਮ। ਸੋ ਇੱਧਰਲੇ ਪਾਸੇ ਵੀ ਆਪਾਂ ਨੂੰ ਜਿਹੜੀ ਆ ਉਹ ਆਪਾਂ ਨੂੰ ਇੱਕ ਬਾਲਕੋਨੀ ਮਿਲ ਜਾਂਦੀ ਹੈ, ਮਿਲ ਜਾਏਗੀ ਆਹ ਦੇਖੋ। ਔਰ ਇਹਦੇ ਪਾਸੇ ਸਾਹਮਣੇ ਰੋਡ ਦਾ ਐਕਸੈਸ ਵੀ ਆ, ਸਾਡੀ ਰੋਡ 'ਤੇ ਵੀ ਨਿਗਾਹ ਰਹੇਗੀ ਕੋਈ ਅਗਰ ਉੱਧਰੋਂ ਪਾਸ ਆਉਣ ਹੋ ਰਿਹਾ। ਸੋ ਇਹ ਬਹੁਤ ਹੀ ਖੂਬਸੂਰਤ ਬੰਗਲੋ ਜਿਹੜਾ ਅਸੀਂ ਤੁਹਾਨੂੰ ਦਿਖਾਇਆ ਵਾ, ਔਰ ਇਹਦੀ ਕੀਮਤ ਸਿਰਫ 580 ਲੱਖ ਰੁਪਇਆ ਆਸਕਿੰਗ ਆ, ਉਹਦੇ 'ਤੇ ਵੀ ਨੈਗੋਸੀਏਸ਼ਨ ਜਿਹੜੀ ਉਹ ਪੋਸੀਬਲ ਆ। ਔਰ ਅਗਰ ਤੁਸੀਂ ਕੋਈ ਵੀ ਪ੍ਰੋਪਰਟੀ ਪ੍ਰੀਮੀਅਮ ਬਣਾਉਣਾ ਚਾਹੁੰਦੇ ਹੋ ਜਾਂ ਕੋਈ ਵੀ ਪ੍ਰੋਪਰਟੀ ਖਰੀਦਣਾ ਚਾਹੁੰਦੇ ਹੋ, ਵੇਚਣਾ ਚਾਹੁੰਦੇ ਹੋ, ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਅਸੀਂ ਆਲਮੋਸਟ ਹਰ ਤਰ੍ਹਾਂ ਦੀ ਪ੍ਰੋਪਰਟੀਜ਼ ਦੇ ਵਿੱਚ ਉਹ ਡੀਲ ਕਰਦੇ ਹਾਂ, ਔਰ ਪ੍ਰੋਪਰਟੀ ਦਾ ਸਭ ਤੋਂ ਇੰਪੋਰਟੈਂਟ ਚੀਜ਼ ਅਸੀਂ ਆਡਿਟ ਵੀ ਕਰਦੇ ਹਾਂ। ਤੁਸੀਂ ਪ੍ਰੋਪਰਟੀ ਕਿਸੇ ਕੋਲ ਵੀ ਖਰੀਦੀ ਆ, ਪਰ ਤੁਸੀਂ ਅਗਰ ਇਹ ਦੇਖਣਾ ਚਾਹੁੰਦੇ ਹੋ, ਉਹਦਾ ਆਡਿਟ ਕਰਨਾ ਚਾਹੁੰਦੇ ਹੋ ਕਿ ਇਹ ਸਾਡੀ ਜਿਹੜੀ ਅਸੀਂ ਪ੍ਰੋਪਰਟੀ ਅਸੀਂ ਲਈ ਆ ਸਹੀ ਆ, ਲੀਗਲ ਵਾਈਜ਼ ਸਹੀ ਆ, ਇਨਵੈਸਟਮੈਂਟ ਵਾਈਜ਼ ਸਹੀ ਆ, ਤਾਂ ਤੁਸੀਂ ਸਾਡੇ ਕੋਲ ਉਹਦਾ ਆਡਿਟ ਵੀ ਕਰਾ ਸਕਦੇ ਹੋ। ਸੋ ਮੇਰਾ ਨਾਮ ਗੁਰਨੇਕ ਸਿੰਘ ਢਿੱਲੋਂ, ਥੈਂਕ ਯੂ ਵੈਰੀ ਮੱਚ।